ਬੈਠਣ ਨੂੰ ਹੀ ਕਿਹਾ। ਜਾਂ ਤਾਂ ਹੁਣ ਤੁਸੀਂ ਆਪਣੇ ਆਪ ਬਾਹਰ ਚਲੇ ਜਾਓ ਜਾਂ ਤੁਹਾਨੂੰ ਬਾਹਰ ਕੱਢ ਦਿੱਤਾ ਜਾਏਗਾ। ਮੈਂ ਮਾਰਸ਼ਲ ਨੂੰ ਹੁਕਮ ਕਰਦਾ ਕਿ ਕਾਂਗਰਸ ਦੇ ਮੈਂਬਰ ਨੂੰ ਬਾਹਰ ਕੱਢ ਦਿੱਤਾ ਜਾਏ, ਹਾਊਸ ਕਾਇਦੇ ਨਾਲ ਚੱਲੇਗਾ। ਮੈਂ ਕਾਂਗਰਸ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬਿਨਾਂ ਸੰਦੀਪ ਜਾਖੜ ਤੋਂ ਮੈਂ ਨੇਮ ਕਰਦਾ ਔਰ ਉਨ੍ਹਾਂ ਨੂੰ ਮੈਂ ਗੁਜ਼ਾਰਿਸ਼ ਕਰਦਾ ਕਿ ਅਗਰ ਉਨ੍ਹਾਂ ਨੇ ਹਾਊਸ ਨੂੰ ਆਰਡਰ ਚ ਨਹੀਂ ਚੱਲਣ ਦੇਣਾ ਤਾਂ ਉਹ ਬਾਹਰ ਚਲੇ ਜਾਣ। ਯੈਸ, ਨਹੀਂ ਬਿਲਕੁਲ ਜਾਂ ਤਾਂ ਹੁਣ ਤੁਸੀਂ ਆਪਣੇ ਆਪ ਬਾਹਰ ਚਲੇ ਜਾਓ ਜਾਂ ਤੁਹਾਨੂੰ ਬਾਹਰ ਕੱਢ ਦਿੱਤਾ ਜਾਏਗਾ। ਯੈਸ ਯੈਸ ਤੁਸੀਂ ਬਾਹਰ ਚਲੇ ਜਾਓ, ਤੁਸੀਂ ਜਾਓ ਬਾਹਰ। ਇਹਨਾਂ ਨੂੰ ਮੈਂ ਮਾਰਸ਼ਲ ਨੂੰ ਹੁਕਮ ਕਰਦਾ ਕਿ ਕਾਂਗਰਸ ਦੇ ਮੈਂਬਰ ਨੂੰ ਬਾਹਰ ਕੱਢਦੇ ਜਾਓ। ਜਾਂ ਤਾਂ ਸੀਟਾਂ ਤੇ ਬਹਿ ਜਾਓ ਨਹੀਂ ਤੁਸੀਂ ਬਾਹਰ ਜਾਓਗੇ। ਕੱਢੋ ਬਾਹਰ, ਇਹ ਹਾਊਸ ਕਾਇਦੇ ਨਾਲ ਚੱਲੇਗਾ, ਹਾਊਸ ਕਾਇਦੇ ਨਾਲ ਚੱਲੇਗਾ। ਜਿੰਨਾ ਅਲੋਟਡ ਟਾਈਮ ਹੈ ਉਸ ਤੋਂ 5 ਮਿੰਟ ਵੱਧ ਇਹਨਾਂ ਦਾ ਟਾਈਮ ਬਣਦਾ ਨਹੀਂ ਸੀ, ਇਹਨਾਂ ਨੂੰ 5 ਮਿੰਟ ਵੱਧ ਟਾਈਮ ਦਿੱਤਾ ਗਿਆ। ਤੁਹਾਡੇ ਐਲਓਪੀ ਸਾਹਿਬ ਨੇ, ਚਲੋ ਜੀ ਸੱਚ, ਅਸੀਂ ਵੀ ਸੱਚ ਹੀ ਬੋਲ ਰਹੇ ਹਾਂ। ਸਾਰੇ ਮੈਂਬਰ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੇ ਆਪਣੇ ਸੀਟਾਂ ਤੇ ਚਲੇ ਜਾਣ, ਔਰ ਮਾਰਸ਼ਲ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਕਾਂਗਰਸ ਦੇ ਮੈਂਬਰ ਜਿਹੜੇ ਬਿਨਾਂ ਸੰਦੀਪ ਜਾਖੜ ਤੋਂ ਸਾਰਿਆਂ ਨੂੰ ਬਾਹਰ ਕਰ ਸਕਦੇ ਜੀ, ਜਿਹੜੇ ਜਿਹੜੇ ਖੜੇ ਨੇ। ਆਯੂ ਦਾ ਲੀਡਰ ਆਫ ਦੀ ਆਪੋਜੀਸ਼ਨ ਨਹੀਂ, ਆਯੂ ਦਾ ਲੀਡਰ ਆਫ ਦੀ ਆਪੋਜੀਸ਼ਨ ਡਾਕਟਰ ਬਲਜੀਤ ਕੌਰ ਜੀ, ਜੀ ਬੈਠੋ ਜੀ ਬੈਠੋ, ਹੋ ਜਾਏਗਾ ਜੀ, ਹੋ ਜਾਏਗਾ ਤੁਹਾਨੂੰ, ਮੈਂ ਲੈ ਲਿਓ ਤੁਸੀਂ, ਲੈ ਸਰ ਸਰ ਪਲੀਜ਼ 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 ਬੈਠੋ 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 ਜੀ ਬੈਠੋ, ਉਹ ਬੜਾ ਟਾਈਮ ਮਿਲਦਾ ਫੇਰ ਕਰ ਲਾਂਗੇ, ਉਹ ਆ ਕਰ ਲਈਏ ਜੀ। ਧੰਨਵਾਦ ਸਪੀਕਰ ਸਾਹਿਬ, ਤੁਸੀਂ ਅੱਜ ਮੈਨੂੰ ਇਸ ਪਵਿੱਤਰ ਸਦਨ ਵਿਚ ਕੱਲ ਜੋ ਬਜਟ ਪੇਸ਼ ਕੀਤਾ ਗਿਆ ਉਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ।
ਕਿਉਂਕਿ ਸਾਡੇ ਵਿੱਤ ਮੰਤਰੀ ਜੀ ਨੇ ਇੱਕ ਬਹੁਤ ਹੀ ਸੁਚੱਜੀ ਮਾਂ ਦੀ ਤਰ੍ਹਾਂ ਸਾਰਿਆਂ ਨੂੰ ਬਜਟ ਦੀ ਵੰਡ ਚੰਗੀ ਕੰਟੀਨਿਊ ਕਰੋ ਜੀ ਕੰਟੀਨਿਊ ਮੇਰੇ ਕੋਲ ਸਪੀਕਰ ਸਾਹਿਬ ਮੇਰੇ ਕੋਲ ਦੋ ਵਿਭਾਗ ਸਮਾਜਿਕ ਨਿਆਂ ਤੇ ਸਮਾਜਿਕ ਸੁਰੱਖਿਆ ਵਿਭਾਗ ਔਰ ਮੇਰੇ ਵਿਭਾਗ ਦੇ ਵਿੱਚ ਸ਼ਡਿਊਲਡ ਕਾਸਟ ਬੈਕਵਰਡ ਕਲਾਸ ਮਾਈਨੋਰਿਟੀਜ਼ ਹੈਂਡੀਕੈਪ ਔਰਤਾਂ ਵਿਧਵਾਵਾਂ ਬੇਸਹਾਰਾ ਬੱਚੇ ਸ਼ਾਮਲ ਨੇ ਤੁਸੀਂ ਕੰਟੀਨਿਊ ਕਰੋ ਬੀਬਾ ਜੀ ਡਾਕਟਰ ਸਾਹਿਬ ਕੰਟੀਨਿਊ ਕਰੋ ਔਰ ਮੈਂ ਜੇਕਰ ਇਹਨਾਂ ਸਾਰਿਆਂ ਨੂੰ ਇੱਕ ਵਰਗ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂ ਤਾਂ ਇਹਨਾਂ ਸਾਰਿਆਂ ਨੂੰ ਅਸੀਂ ਹਾਸ਼ੀਏ ਵੱਲ ਧੱਕੇ ਹੋਏ ਲੋਕਾਂ ਦੀ ਵਿੱਚ ਕੈਟਾਗਰਾਈਜ਼ ਕਰ ਸਕਦੇ ਹਾਂ ਧੱਕਾ ਹੁਣ ਪੰਜਾਬ ਦੇ ਲੋਕਾਂ ਨੇ ਕਰਤਾ ਹੁਣ ਮੈਂ ਕੀ ਕਰਾਂ ਹੁਣ ਜਦੋਂ ਹੁਣ ਟਾਈਮ ਹੀ ਤੁਹਾਡਾ 28 ਮਿੰਟ ਬਣਦਾ ਸੀ ਉਹ ਕੱਲੇ ਬਾਜਵਾ ਸਾਹਿਬ ਲੈ ਗਏ ਬਾਜਵਾ ਸਾਹਿਬ ਲੈ ਗਏ ਹੁਣ ਹਰੇਕ ਕੰਮ ਕਾਇਦੇ ਕਾਨੂੰਨ ਦੇ ਨਾਲ ਚੱਲਣਾ ਕਾਇਦੇ ਕਾਨੂੰਨ ਨਾਲ ਚੱਲਣਾ ਤੇ ਤੁਸੀਂ ਆਪਣੀ ਜਗ੍ਹਾ ਤੇ ਜਾਓ ਆਪਣੀ ਜਗ੍ਹਾ ਤੇ ਜਾਓ ਰਾਜਾ ਜੀ ਪਲੀਜ਼ ਤੁਹਾਡਾ ਟਾਈਮ ਬਣਦਾ ਨਹੀਂ ਸੀ ਮੈਂ ਤੁਹਾਨੂੰ ਦੇ ਦਿੱਤਾ ਬਾਜਵਾ ਸਾਹਿਬ ਨੇ ਕਿਹਾ ਮੈਂ ਜੀ ਸਾਰੇ ਕਾਂਗਰਸ ਦਾ ਟਾਈਮ ਮੈਂ ਲਾਉਂਗਾ ਤਾਂ ਤੁਹਾਨੂੰ ਉਦੋਂ ਪਟੇਲ ਸਾਹਿਬ ਬੋਲਣਾ ਚਾਹੀਦਾ ਸੀ ਕਿ ਅਸੀਂ ਆਪਦਾ ਬੋਲਾਂਗੇ ਬਾਜਵਾ ਸਾਹਿਬ ਨੇ ਤੁਹਾਡੇ ਬੈਠਿਆਂ ਤੋਂ ਕਿਹਾ ਵੀ ਸਾਰੀ ਕਾਂਗਰਸ ਦਾ ਟਾਈਮ ਮੈਂ ਲਾਉਂਗਾ ਕਿਉਂਕਿ ਸਾਡਾ ਟਾਈਮ ਆਨ ਕਰਨਾ ਹੀ ਹੈ ਤੁਹਾਡੇ ਜਦੋਂ ਬਾਜਵਾ ਸਾਹਿਬ ਬੋਲ ਰਹੇ ਸੀ ਆਨ ਸੀ ਟਾਈਮ ਮੈਂ ਤਾਂ ਆਪ ਕਹਿਣਾ ਤੁਸੀਂ ਬੀਬੀ ਜੀ ਤੁਸੀਂ ਡਾਕਟਰ ਸਾਹਿਬ ਤੁਸੀਂ ਕੰਟੀਨਿਊ ਕਰੋ ਆਨਰੇਬਲ ਸਪੀਕਰ ਸਾਹਿਬ ਮੈਂ ਆਪਣੇ ਦੋਨੋਂ ਵਿਭਾਗ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਅੱਜ ਇਸ ਪਵਿੱਤਰ ਸਦਨ ਵਿਚ ਕਰਨ ਜਾ ਰਹੀ ਹਾਂ ਸਮਾਜ ਦਾ ਕੋਈ ਵੀ ਹਿੱਸਾ ਜਦੋਂ ਆਪਣੇ ਹੱਕਾਂ ਪੱਖੋਂ ਜਾਂ ਲੋੜਾਂ ਪੱਖੋਂ ਵਾਂਝਾ ਰਹਿ ਜਾਂਦਾ ਤਾਂ ਉਸ ਨੂੰ ਅਸੀਂ ਹਾਸ਼ੀਏ ਵੱਲ ਧੱਕਿਆ ਹੋਇਆ ਸਮਾਜ ਗਿਣਨ ਲੱਗ ਜਾਂਦੇ ਹਾਂ ਸਰ ਇਹਨਾਂ ਨੇ ਟਾਈਮ ਪਿੱਛੇ ਲੜਨਾ ਬਾਜਵਾ ਸਾਹਿਬ ਨਾਲ ਲੜਨਾ ਸਾਡੇ ਨਾਲ ਲੜ ਰਹੇ ਆ ਉਹ ਸਾਡੀ ਆਪੋ ਚ ਲੜੋ ਬੀਬਾ ਜੀ ਤੁਸੀਂ ਕੰਟੀਨਿਊ ਕਰੋ ਕੰਟੀਨਿਊ ਤੁਸੀਂ ਬੈਠੋ ਲੈਟ ਹਰ ਕੰਪਲੀਟ ਲੈਟ ਹਰ ਕੰਟੀਨਿਊ ਲੈਟ ਹਰ ਕੰਟੀਨਿਊ ਲੈਟ ਹਰ ਮਾਨਯੋਗ ਸਪੀਕਰ ਸਾਹਿਬ ਮੈਂ ਫੇਰ ਆਪਣੀ ਗੱਲ ਰੱਖਦੀ ਹਾਂ ਕਿ ਮੈਂ ਗੱਲ ਕਰਾਂਗੀ ਅੱਜ ਫੇਰ ਹਾਸ਼ੀਏ ਵੱਲ ਧੱਕੇ ਹੋਏ ਲੋਕਾਂ ਦੀ ਗੱਲ ਕਰਾਂਗੀ ਸਾਹ
ਜਦੋਂ ਵੀ ਕੋਈ ਵਰਗ ਹਾਸ਼ੀਏ ਵੱਲ ਧੱਕਿਆ ਜਾਂਦਾ ਤਾਂ ਉਹ ਗਰੀਬੀ ਦਾ ਸ਼ਿਕਾਰ ਹੁੰਦਾ। ਬੀਬੀ ਜੀ ਤੁਸੀਂ ਬੋਲੋ, ਤੁਸੀਂ ਕੰਟੀਨਿਊ ਰੱਖੋ ਜੀ ਆਪਣਾ। ਬੀਬੀ ਜੀ ਬੋਲੋ, ਡਾਕਟਰ ਸਾਹਿਬ, ਆਨਰੇਬਲ ਸਪੀਕਰ ਸਾਹਿਬ, ਕੋਈ ਮਰਜ਼ੀ ਪਰ ਨਾ ਕਹੇ ਬੋਲੀ ਨਾ ਦੇ ਬਿਨਾਂ ਚਰਸਾਲੇ ਖੜੇ ਕਿਦਾਂ ਹੋਏਗਾ।